ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਸਾਡਾ ਹੈਗਾ ਵਾ ਮਹੱਲੇ ਦਾ ਪ੍ਰੋਗਰਾਮ। ਅੱਜ ਆਪਾਂ ਬਾਬਾ ਨੋਟ ਸਿੰਘ ਦੀ ਸਮਾਧ ਤੋਂ ਮਹੱਲਾ ਆਰੰਭ ਹੁੰਦਾ, ਆਪਾਂ ਉੱਥੇ ਜਾਣਾ ਵਾ ਤੇ ਵਲੋਗ ਬੁੜਾ ਵਧੀਆ ਹੋਊਗਾ ਅੱਜ ਤੇ ਸਕਿਪ ਨਾ ਕਰਿਓ ਤੇ ਐਂਡ ਤੱਕ ਵੇਖਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਹੁਣ ਦੇ ਸਾਡੇ ਬੰਦੇ ਵੀ ਤਿਆਰ। ਸ਼ਿਵਾ ਭਾਈ ਦਮਾਲਾ ਬੰਨਣ ਦੇ ਆ ਭਾਈ। ਹੈ ਹੋ ਗਏ ਜੇ ਬੰਨ ਲਿਆ ਦਮਾਲਾ। ਵਾਹਿਗੁਰੂ ਹੈ ਤਿਆਰ। ਮੈਂ ਤੇ ਹੋ ਗਿਆ ਤਿਆਰ, ਬਾਕੀ ਵੀ ਹੋ ਗਏ ਆ। ਆ ਸਾਡੇ ਭੈਣ ਆ ਵੀਰਾ ਸਾਡਾ ਗੋਪੀ ਭਾਈ ਵਾ ਬਾਣਾ, ਗੋਪੀ ਭਾਈ ਬਾਣਾ ਵਾ ਜੱਸੀ ਭਾਈ ਤਿਆਰ ਆ। ਇੱਧਰ ਗੁੰਨਾ ਭਾਈ ਕਸ਼ਹਿਰਾ ਪਾਉਂਦੇ ਆ ਬਾਲਾ ਬਾਲਾ। ਓਲਾ ਭਾਈ ਠੀਕ ਠਾਕ ਏ ਸਾਡੇ ਕਰਨ ਭਾਈ। ਆ ਇਹਨਾਂ ਦਾ ਨਾਂ ਕੀ ਚੇਤਾ ਭੁੱਲ ਗਿਆ, ਅੰਮ੍ਰਿਤ ਭਾਈ ਦਾ ਭਿੰਡਰ ਵਾਲੇ ਹੈਨਾ। ਆ ਸਾਡਾ ਆ ਵੀ ਤਿਆਰ ਜੀ, ਕਿਹੜੇ ਆ ਰਹੀ ਹਨ ਕਲੀਅਰ ਸਨੀ ਭਾਈ ਤਿਆਰ ਜੀ। ਹਾਂ ਠੀਕ ਹੈ ਚਲੋ ਫਿਰ। ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਮਹੱਲੇ ਸਜਾਏ ਜਾ ਰਹੇ ਹਨ। ਮਾਰੇ ਕਿਰਪਾ ਕਰੋ, ਕਿਰਪਾ ਕਰਨਾ ਮਾਰੇ, ਕਿਰਪਾ ਕਰੋ ਆਪ ਜੀ ਆਪਣੇ ਬੱਚਿਆਂ ਦੀ ਮਿਹਰ ਬਰਾਤ ਰੱਖਣਾ। ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਮਨ ਨੂੰ ਭਾਵੇ, ਸੋ ਨਿਹਾਲ ਹੋ ਜਾਵੇ ਫਤਿਹ ਪਾਵੇ। ਸਤਿ ਸ੍ਰੀ ਅਕਾਲ ਭਾਈ, ਜਨਕਾਰੇ ਜਾਵੇ ਨਿਹਾਲ ਹੋ ਜਾਵੇ ਆਦ ਭਵਾਨੀ ਆਦ ਸ਼ਕਤੀ ਮਾਤਾ ਸਾਹਿਬ ਦੇ ਕੌੜੀਆਂ ਦੇ ਚਰਨ ਕਮਲਾਂ ਨੂੰ ਭਾਵੇ, ਨਿਹਾਲ ਹੋ ਜਾਵੇ ਫਤਿਹ ਪਾਵੇ। ਸਤਿ ਸ੍ਰੀ ਅਕਾਲ ਚਾਲਾ ਮਾਰ ਲੱਗੇ ਆ ਤੇ ਮੁੰਡੇ ਆਟੋ ਲੈਣ ਗਏ ਆ, ਫਿਰ ਸਮਾਧੇ ਜਾਣਾ ਬਾਬਾ ਜੀ। ਉਹ ਸਾਰੇ ਮੁੰਡੇ ਤਿਆਰ ਆ, ਸਾਜ ਵੀ ਤਿਆਰ ਆ। ਇਹਨਾਂ ਦਾ ਇੱਥੇ ਗਤਕਾ ਨਿਕਲੀ ਜਾਣ ਡਿਆ, ਉੱਥੇ ਜਾ ਗਤਕਾ ਖੇਡ ਲਿਓ। ਚਲੋ ਜੀ ਇੱਕ ਹੋਰ ਆਈ, ਇੱਕ ਹੋਰ ਆਈ ਕੋਈ ਮੁੰਡੇ ਸਾਰੇ ਤਿਆਰ ਆ। ਤੇ ਹੁਣ ਆਪਾਂ ਚੱਲੇ ਬਾਬਾ ਨੋਹ ਸਿੰਘ ਜੀ ਸਮਾਧ ਤੇ ਹੁਣ ਤੁਹਾਨੂੰ ਉੱਥੇ ਜਾ ਕੇ ਵਿਖਾਉਂਦੇ ਹਾਂ, ਦਰਸ਼ਨ ਵੇਲੇ ਕਰਦੇ ਹਾਂ ਤੇ ਅੱਗੇ ਜਾ ਕੇ ਵਿਖਾਉਂਦੇ ਤੁਹਾਨੂੰ ਮਹੱਲਾ। ਖਾਲਾ ਸਾਹਿਬ ਲਾ ਕੇ ਆਪਾਂ ਪਹੁੰਚ ਚੁੱਕੇ ਹਾਂ ਤੇ ਥੋੜ੍ਹੀ ਦੂਰ ਰਹਿ ਗਿਆ ਆਪਾਂ ਬਸ ਪਹੁੰਚਣ ਵਾਲੇ। ਚਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਬਾਬਾ ਨੋਹ ਸਿੰਘ ਜੀ ਸਮਾਧ ਜੀ ਤੇ, ਤੁਹਾਨੂੰ ਗੁਰੂ ਪੰਥ ਖਾਲਸੇ ਦਾ ਜਾਹੋ ਜਲਾਲ ਦੇਖਣ ਨੂੰ ਮਿਲੂਗਾ ਵਲੋਗ ਵਿੱਚ ਤੇ ਸਾਰਿਆਂ ਨੇ ਆਨੰਦ ਮਾਣਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਪਹੁੰਚ ਗਏ ਆਪਾਂ ਤੇ ਹੁਣ ਸਾਰੇ ਉਤਰੇ ਆ, ਲਾ ਲਓ ਕਮਰ ਕੱਸੇ ਕਿਰਪਾਨਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਮਣੇ ਘੋੜਾ ਹੱਥ ਵਿਹਲਾ ਹੈਗਾ ਇਹਨਾਂ ਦਾ ਸੰਨੀ ਭਾਈ ਹੁਣੀ ਪਹੁੰਚ ਗਏ ਆ ਤੇ ਹੁਣ ਆਪਾਂ ਇੱਥੋਂ ਤੁਰਨਾ ਵਾ। ਵਧੀਆ ਬਾਬਾ ਜੀ ਪਹੁੰਚ ਗਏ ਨਾ ਆਪਾਂ। ਸਿੰਘ ਦਰਸ਼ਨ ਕਰਕੇ ਬੈਠ ਗਏ ਨੇ। ਗੁੰਨੇ ਜਾ ਕੁਛ ਨੀ ਕਹਿੰਦਾ, ਆ ਵੇਖੋ ਗੁੰਨੇ ਵਰਗਾ ਚੱਲ ਕੋਈ ਨਾ ਕਾਏ ਪੈਣ ਲੱਗੇ ਘੋੜਾ ਨੂੰ ਸਾਡੇ ਬਾਜ ਭਾਈ ਕਾ ਪਾਉਣ ਲੱਗੇ ਹੁਣ ਇੱਧਰ ਘੋੜਾ ਪੈਂਦੀਆਂ ਵਾ ਤੇ ਆਪਣੇ ਸਾਰੇ ਯੋਧੇ ਤੇ ਉਸਤਾਦ ਜੀ ਇੱਧਰ ਨੂੰ ਜਾਂਦੇ ਆ। ਪਾਲਕੀ ਸਾਹਿਬ ਉਹ ਚੱਕ ਕਰ ਲੋ ਐਂਡ ਲੈ ਜਾਣੀ ਪਾ।
ਗੱਲਾਂ ਮਾਰਨ ਦੇ ਸਾਰੇ ਸਾਰਿਆ ਆ ਫੜਾ ਲੋ ਯਾਰ ਕੋਈ ਬਾਬਾ ਗੱਜਨ ਸਿੰਘ ਜੀ ਆਪਣੀਆਂ ਦੀ ਸਮਾਧ ਦਰਸ਼ਨ ਕਰਨ ਆਏ ਸਾਰੇ ਯੋਧੇ ਚੈੱਕ ਕਰੋ ਬਾਬਾ ਜੀ ਬਾਟੇ ਕਿਰਪਾ ਬਾਬਾ ਜੀ ਆ ਗਏ ਨੇ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਫੋਨ ਵਾਲੇ ਮੈਂ ਤੁਹਾਡੇ ਕਰਾ ਦੇਗਾ ਫੋਨ ਵਾਲੇ ਗੁਨਾ ਡਰ ਕੇ ਰਾਕੀ ਤਰੰਗ ਦੇਖ ਲੋ ਕੁਛ ਨੀ ਹੁੰਦਾ ਡਰਦੇ ਕਿਉਂ ਜੇ ਲੋ ਜੀ ਸਾਡੇ ਗੁਰਦੇਵ ਭਾਈ ਵੀ ਆ ਗਏ ਨੇ ਤੇ ਇੱਧਰ ਸਾਡੇ ਅਫੀਸ਼ੀਅਲ ਡਾਕਟਰ ਸਾਹਿਬ ਹਨਾ ਬਾਈ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਬੰਦਾ ਪੂਰਾ ਦਾਲ ਪੰਥ ਛੇ ਰਹਿੰਦਾ ਹੈ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਹ ਬਈ ਲਓ ਮੈਨੂੰ ਵੀ ਲੋ ਗੁਰਦੁਆਰਾ ਸਾਹਿਬ ਇੱਥੇ ਘੋੜੇ ਵੀ ਆ ਸਾਰੇ ਦਾਲ ਪੰਥ ਦੇ ਤੇ ਨਗਾਰੇ ਨਿਸ਼ਾਨ ਵੀ ਇੱਥੇ ਤੁਰਨੇ ਆ ਘੋੜਿਆਂ ਨੂੰ ਕਾਠੀਆਂ ਪੈ ਗਈਆਂ ਵਾ ਕਿੰਨੇ ਸੋਹਣੇ ਸੋਹਣੇ ਘੋੜੇ ਆ ਮਹਾਰਾਜ ਕਿਰਪਾ ਕਰਨ ਮਹਾਰਾਜ ਦੀਆਂ ਬਖਸ਼ਿਸ਼ਾਂ ਹਿਰਨ ਵੀ ਰੱਖੇ ਜੇ ਹਿਰਨ ਹੈਗਾ ਅੱਛਾ ਸੁਣਿਆ ਕਿ ਨਾ ਭਾਈ ਆਵਾਜ਼ ਮਾਰਦੇ ਇਹ ਕੀ ਕਹਿ ਕਹਿੰਦਾ ਵਾ ਪੂਰਾ ਜੰਗੀ ਕੰਮ ਇੱਧਰ ਨਿਸ਼ਾਨ ਸਾਹਿਬ ਘੋੜੇ ਪੂਰੇ ਗਰਮ ਹੁੰਦੇ ਪਏ ਹੁਣ ਇੱਧਰ ਆਪਣੀ ਫੌਜ ਗਦਕੇ ਵਾਲੀ ਸਾਰੀ ਖਲੋਤੀ ਆ ਆਹ ਉਸਤਾਦ ਜੀ ਖਲੋਤੇ ਆ ਬਾਕੀ ਸਾਰੇ ਯੋਧੇ ਇੱਧਰ ਅੱਗੇ ਗੱਡੀਆਂ ਦੇ ਬਾਬਾ ਜੀ ਠੀਕ ਜੇ ਹੋਰ ਫੋਜੋ ਚੜ੍ਹਦੀ ਗਲੇ ਮੋਟਾ ਡਿਆ ਹੱਸਣਾ ਜੇ ਆਪਾਂ ਆ ਕਾਲੂ ਆ ਜੀ
ਚੜੀਏ ਬਾਬਾ ਜੀ ਉਧਰ ਘੋੜੇ ਸਾਡੇ ਪਲਵਿੰਦਰ ਸਿੰਘ ਜੀ ਪਹੁੰਚ ਗਏ ਨੇ ਲੇਟ ਪਹੁੰਚੇ ਨੇ ਰੁਪਿੰਦਰ ਉਹ ਭਰਾਵਾ ਸਾਡੇ ਬਾਬਾ ਜੀ ਆ ਗਏ ਨੇ ਹਾਂ ਉਹ ਬਾਬਾ ਜੀ ਆਇਓ ਖੇਡੀਏ ਗਾੜੀ ਗਾੜੀ ਆਇਓ ਆਇਓ ਚਲੋ ਸਿਵਾ ਬਾਬਾ ਜੀ ਕੋ ਪੱਕਾ ਵੀ ਹੋ ਗਿਆ ਸਾਰੇ ਓਏ ਫਰੀਆਂ ਛੋਟੀਆਂ ਫੜੋ ਫਰੀਆਂ ਫੜੋ ਫਰੀਆਂ ਫਰੀਆਂ ਪਿੱਛੇ ਸਭ ਲੱਗੋ ਬਾਬਾ ਜੀ ਉਹਨੇ ਰਹਿੰਦੇ ਆ ਹਾਂਜੀ ਗਿੱਧਗਾ ਖੜ ਲੈ ਗਏ ਆ ਬਾਬਾ ਜੀ ਕੱਲ ਬਚਣਾ ਹੋਈ ਨਾ ਤੇ ਤਾਂ ਕਰਕੇ ਫਿਰ ਸਾਹਿਬ ਦੇ ਮੌਜੂਦਾ ਮੁਖੀ ਮਹਾਂਪੁਰਖ ਸਿੰਘ ਸਾਹਿਬ ਦੇ ਨਾਮ
ਮਹੱਲਾ ਆ ਗਿਆ ਸਮਾਪਤੀ ਅਸੀਂ ਸਾਰੇ ਜਾਵਾਂਗੇ ਬੰਦੋ ਸਮਾਪਤੀ ਹੋ ਗਈ ਆ ਵੀ ਮਹੱਲੇ ਦੀ ਸਮਾਪਤੀ ਤੇ ਆਪਾਂ ਬਾਬਾ ਨੋਹ ਸਿੰਘ ਦੀ ਸਮਾਧ ਤੇ ਆ ਗਏ ਆ ਤੇ ਹੁਣ ਇੱਥੇ ਹੀ ਉਹਦੇ ਕਰਾਉਣਗੇ ਘੜੀ ਚ ਰਾਮ ਪੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਵੀਰੋ ਆਪਾਂ ਅੱਜ ਮਹੱਲੇ ਸਾਹਿਬ ਤੇ ਗਏ ਹਾਂ ਅਤੇ ਆਪ ਜੀ ਨੇ ਵੇਖਿਆ ਕਿ ਕਿੱਦਾਂ ਮਿਲ ਕੇ ਘੋੜ ਦੌੜ ਹੁੰਦੀ ਆ ਮੁੰਡਿਆਂ ਆਪਣਾ ਨੇ ਗੱਤਕਾ ਵੀ ਖੇਡਿਆ ਵਾ ਅਤੇ ਬਾਬਿਆਂ ਨਾਲ ਵੀ ਮਿਲ ਕੇ ਦਰਸ਼ਨ ਵੇਲੇ ਕੀਤੇ ਲੰਗਰ ਪਾਣੀ ਵੀ ਛਕ ਲਿਆ ਵਾ ਅਤੇ ਬਚਨ ਬਲਾਸ ਹੋਏ ਆ ਅਤੇ ਮਹਾਰਾਜ ਕਹਿੰਦੇ ਕਿਰਪਾ ਕਰਨਗੇ ਅਤੇ ਆਪੇ ਹੀ ਫਿਰ ਅੱਗੇ ਆਪਾਂ ਚੜ੍ਹਦੀ ਕਲਾਈ ਹੋਵਾਂਗੇ ਅਤੇ ਹੁਣ ਆਪ ਲੋਕ ਤੁਸੀਂ ਵੇਖਿਓ ਐਂਡ ਤੱਕ ਜ਼ਰੂਰ ਐਂਡ ਤੱਕ ਹੀ ਵੈਸੇ ਐਂਡ ਆ ਹੈ ਨਾ ਅਤੇ ਹੁਣ ਆਪਾਂ ਸਮਾਪਤੀ ਕਰਨ ਲੱਗੇ ਆਪ ਲੋਕ ਦੀ ਸਬਸਕ੍ਰਾਈਬ ਕਰ ਦਿਓ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਕਿਰਪਾ ਨਾਲ 50 ਕੇ ਹੋ ਗਏ ਅਤੇ ਹੁਣ ਆਪ ਜੀ ਕਿਰਪਾ ਕਰੋਗੇ ਸੋ ਗਏ ਵੀ ਹੋ ਜਾਣ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਅਤੇ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ